ਹਾਂਜੀ ਆ ਜਾਓ ਇੱਥੇ 4-5 ਲੱਖ ਰੁਪਇਆ ਮਹੀਨੇ ਦਾ ਤੁਸੀਂ ਬਣਾ ਸਕਦੇ ਹੋ ਨਾ ਕੰਟਰੀ ਵਿੱਚ ਆਰਾਮ ਨਾਲ। ਕਿ ਆ ਜਾਓ ਲਗਜ਼ਮਬਰਗ ਦੇ ਵਿੱਚ ਕੰਮ ਖੁੱਲ੍ਹ ਗਏ, ਇੰਨੇ ਬੰਦੇ ਚਾਹੀਦੇ ਆ, ਆ ਜਾਓ ਇੱਥੇ ਕੰਮ ਬਹੁਤ ਜ਼ਿਆਦਾ ਆ ਗਿਆ, ਬੰਦਿਆਂ ਦੀ ਇੱਥੇ ਬਹੁਤ ਲੋੜ ਆ। ਅਤੇ ਇਹ ਸਭ ਕੁਛ ਝੂਠ ਆ, ਇੱਦਾਂ ਦਾ ਕੁਛ ਨਹੀਂ ਹੈਗਾ, ਅਤੇ ਤੁਸੀਂ ਰਿਐਲਿਟੀ ਦੇ ਵਿੱਚ ਜੀਓ ਅਤੇ ਇਹਨਾਂ ਦੀਆਂ ਗੱਲਾਂ ਸੁਣ ਕੇ ਤੁਸੀਂ ਨਾ ਆਓ, ਕਿਉਂਕਿ ਇੱਥੇ ਤੁਸੀਂ ਬਹੁਤ ਔਖੇ ਹੋਵੋਗੇ। ਪਰ ਨਾਲ ਹੀ ਨਾਲ ਇਹ ਵੀ ਗੱਲ ਕਰੀਏ ਕਿ ਤੁਹਾਨੂੰ ਇੱਥੇ ਆ ਕੇ ਕਿਹੜੀਆਂ ਪ੍ਰੋਬਲਮ ਦਾ ਸਾਹਮਣਾ ਕਰਨਾ ਪਊਗਾ, ਇਸ ਵੀਡੀਓ ਵਿੱਚ ਸ਼ੇਅਰ ਕਰਾਂਗੇ। ਅਤੇ ਹਾਂਜੀ ਇਹ ਕੰਟਰੀ ਬਹੁਤ ਚਰਚਾ ਦੇ ਵਿੱਚ ਚੱਲ ਰਹੀ ਆ ਕਿ ਹਾਂਜੀ ਇੱਥੇ ਆ ਜਾਓ, ਇਹਦੀ GDP ਵੀ ਜਿਹੜੀ ਹਾਈ ਆ, ਇਹਦੇ ਵਿੱਚ ਕੁਝ ਸ਼ੱਕ ਵੀ ਹੈ ਨਹੀਂ ਕਿ ਹਾਈਐਸਟ GDP ਆ, ਹਾਈਐਸਟ ਸੈਲਰੀ ਇਨ ਦੀ ਵਰਲਡ ਇੱਥੇ ਇਹ ਕੰਟਰੀ ਵਿੱਚ ਮਿਲਦੀ ਆ। ਪਰ ਇਹ ਕਿਹਨਾਂ ਨੂੰ ਮਿਲਦੀ ਆ ਇਹਦੇ ਬਾਰੇ ਕੋਈ ਨਹੀਂ ਜਾਣਕਾਰੀ ਸਾਂਝੀ ਕਰਦਾ, ਅਤੇ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਕਿ ਤੁਹਾਨੂੰ ਕੀ ਇਹਦੇ ਲਈ ਕਰਨਾ ਪਊਗਾ। ਵੀਡੀਓ ਨੂੰ ਪੂਰੀ ਦੇਖ ਲਓ ਤਾਂ ਕਿ ਜਿਹੜਾ ਤੁਹਾਡੇ ਸਾਰੇ ਡਾਊਟ ਕਲੀਅਰ ਹੋ ਜਾਣ। ਵੀਡੀਓ ਸ਼ੁਰੂ ਕਰਦੇ ਹਾਂ, ਕਰਾਂਗੇ। ਹਾਂਜੀ ਹਾਂਜੀ, ਕੋਸ਼ਿਸ਼ ਜ਼ਰੂਰ ਕਰਿਆ ਕਰੋ ਕਿ ਜੇ ਤੁਹਾਡੇ ਕੋਲ ਕੋਈ ਨੌਲੇਜ ਆ ਅਤੇ ਤੁਸੀਂ ਇੱਕ ਦੂਜੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਦੇ ਵਿੱਚ, ਤਾਂ ਕਿ ਜਿਹੜੀ ਕਿਸੇ ਵੀਰ ਭਰਾ ਨੂੰ ਕੋਈ ਨੌਲੇਜ ਆ ਜਾਂ ਕਿਸੇ ਨੂੰ ਜਾਣਕਾਰੀ ਚਾਹੀਦੀ ਆ, ਇੱਕ ਦੂਜੇ ਨਾਲ ਹੈਲਪ ਕਰ ਸਕਣ ਉਹ। ਹਾਂਜੀ ਆ ਜਾਓ ਤੁਸੀਂ ਲਗਜ਼ਮਬਰਗ, ਇੱਥੇ 4-5 ਲੱਖ ਤੁਸੀਂ ਮਹੀਨੇ ਦਾ ਕਮਾ ਸਕਦੇ ਆ ਅਤੇ ਆਰਾਮ ਦੇ ਨਾਲ ਤੁਸੀਂ ਘਰੇ ਭੇਜ ਸਕਦੇ ਆ। ਇੱਦਾਂ ਦੀਆਂ ਤੁਸੀਂ ਵੀਡੀਓ ਕਾਫੀ ਵੇਖੀਆਂ ਹੋਣੀਆਂ ਨੈਟ 'ਤੇ, ਅਤੇ ਤੁਹਾਨੂੰ ਦੱਸ ਦਈਏ ਕਿ ਇੱਦਾਂ ਦਾ ਕੁਛ ਵੀ ਹੈ ਨਹੀਂ ਇਹਨਾਂ ਕੰਟਰੀਆਂ ਦੇ ਵਿੱਚ। ਅਤੇ ਇਹਨਾਂ ਕੰਟਰੀਆਂ ਵਿੱਚ ਤਾਂ ਉਹੀ ਜਿਹੜੇ 4-5 ਲੱਖ ਕਮਾ ਸਕਦੇ ਆ ਕਿ ਜਿਹਨਾਂ ਦੀ ਹਾਈ ਸਕਿੱਲ ਜੋਬ ਆ, ਜਿਹੜੇ ਹਾਈ ਸਕਿੱਲ ਨੇ ਸਟੱਡੀ, ਜਿਹਨਾਂ ਦੀ ਸਟੱਡੀ ਜਿਹਨਾਂ ਨੇ ਕੀਤੀ ਆ, ਹਾਈ ਸਕਿੱਲ ਜੋਬ ਆ ਉਹਨਾਂ ਦੀ, ਉਹਨਾਂ ਦੀ ਹਾਂਜੀ ਇੰਨੇ ਪੈਸੇ ਬਣਦੇ ਨੇ। ਅਤੇ ਜਿਹਨੇ ਸਾਡੇ ਵਰਗੇ ਜਿਹਨਾਂ ਨੇ ਦਿਹਾੜੀਦਾਰ, ਜਿਹੜੇ ਜਿਹਨਾਂ ਨੂੰ ਕੋਈ ਲੈਂਗੁਏਜ ਵੀ ਨਹੀਂ ਆਉਂਦੀ ਚੱਜ ਨਾਲ ਅਤੇ ਜਿਹਨਾਂ ਕੋਲ ਕੰਮ ਵੀ ਹੈ ਨਹੀਂ ਚੱਜ ਨਾਲ ਕੋਈ ਆਉਂਦਾ, ਅਤੇ ਉਹਨਾਂ ਲਈ ਇਹ 4-5 ਲੱਖ ਨਹੀਂ ਹੈਗਾ। ਤੁਹਾਨੂੰ ਕਲੀਅਰ ਦੱਸ ਦਈਏ ਕਿ 4-5 ਲੱਖ ਜਿਹੜਾ ਇਹ ਯੂਟਿਊਬ 'ਤੇ ਤੁਸੀਂ ਵੀਡੀਓ ਦੇਖਦੇ ਆ, ਤੁਸੀਂ ਐਡਸ ਦੇਖਦੇ ਆ, ਐਡ ਏਜੰਟ ਵੀ ਤੁਹਾਨੂੰ ਇੱਦਾਂ ਕਹਿੰਦੇ ਨੇ ਕਿ 4-5 ਲੱਖ ਯੂਰੋ ਇੱਥੇ ਬਣਦਾ, ਸੋਰੀ 4-5 ਲੱਖ ਰੁਪਈਆ ਇੱਥੇ ਬਣਦਾ ਮਹੀਨੇ ਦਾ। ਜੇ ਤੁਹਾਡੇ ਕੋਲ ਕੋਈ ਗੁਣ ਹੈਗਾ, ITI ਤੁਸੀਂ ਵਿੱਚ ਸਟੱਡੀ ਕੀਤੀ ਆ, ਹਾਈ ਸਟੱਡੀ ਕੀਤੀ ਆ, ਅਤੇ ਤਾਂ ਤੁਹਾਡੇ ਇੱਥੇ ਸਕਿੱਲ ਹੈਗੇ ਆ ਜੋਬ ਦੇ। ਜੇ ਤੁਸੀਂ ਅਨਸਕਿੱਲਡ ਆ, ਤੁਹਾਡੇ ਕੋਲ ਕੋਈ ਕੰਮ ਕਾਰ ਨਹੀਂ ਹੈਗਾ, ਤੁਸੀਂ ਕੰਮ ਨਹੀਂ ਜਾਣਦੇ, ਤਾਂ ਤੁਹਾਨੂੰ ਇੱਥੇ ਖਰਚਾ ਪੱਲਿਓ ਵੀ ਭਰਨਾ ਪੈ ਸਕਦਾ ਆ। ਅਤੇ ਤੁਹਾਨੂੰ ਦੱਸ ਦਈਏ ਕਿ ਹਾਈ ਸਕਿੱਲ ਜੇ ITI ਦੇ ਵਿੱਚ ਤੁਸੀਂ ਕੋਈ ਜੋਬ ਕੀਤੀ ਆ, ਤੁਹਾਨੂੰ ਨੌਲੇਜ ਆ ਕੰਪਿਊਟਰ ਦੀ, ਅਤੇ ਉਹਦੇ ਨਾਲ ਤੁਹਾਨੂੰ ਲੈਂਗੁਏਜ ਵੀ ਆਉਣੀ ਜ਼ਰੂਰੀ ਚਾਹੀਦੀ ਆ। ਹਾਂਜੀ ਜੇ ਤੁਸੀਂ ਆ ਵੀ ਰਹੇ ਆ, ਤੁਸੀਂ ਇੱਥੇ ਆਉਣ ਦਾ ਸੋਚ ਰਹੇ ਆ, ਤਾਂ ਤੁਸੀਂ ਇਹ ਸੋਚ ਕੇ ਹੀ ਆਓ ਜੇ ਤੁਹਾਨੂੰ ਕੰਮ ਆਉਂਦਾ ਆ, ਅਤੇ ਤੁਸੀਂ ਤਾਂ ਹੀ ਆਓ। ਅਤੇ ਬਾਕੀ ਜੇ ਗੱਲ ਕਰੀਏ ਕਿ ਇੱਥੇ ਕੰਮ ਕਿਹੜੇ ਕਿਹੜੇ ਨੇ, ਤੁਹਾਨੂੰ ਦੱਸ ਦਈਏ ਕਿ ਏਜੰਟ ਇਹੀ ਕਹਿੰਦੇ ਨੇ ਕਿ ਫੂਡ ਪੈਕਿੰਗ ਦਾ ਕੰਮ ਆ, ਇਹਦਾ ਸੌਖੇ ਸੌਖੇ ਤੁਹਾਨੂੰ ਕੰਮ ਦੱਸ ਦੇਗੇ, ਜਿਹੜਾ ਤੁਹਾਡੇ ਮਨ ਦੇ ਵਿੱਚ ਲੱਡੂ ਫੁੱਟਦ੾ ਆ ਕਿ ਤੁਹਾਡੇ ਇੱਥੇ ਆ ਕੇ ਕੰਮ ਤੁਹਾਨੂੰ ਫੂਡ ਪੈਕਿੰਗ ਦਾ ਮਿਲ ਜੂਗਾ, ਅਤੇ ਤੁਸੀਂ ਆਰਾਮ ਨਾਲ ਜਿਹੜੇ 4-5 ਲੱਖ ਰੁਪਇਆ ਕਮਾ ਸਕਦੇ ਆ ਅਤੇ ਘਰੇ ਭੇਜ ਸਕਦੇ ਆ। ਅਤੇ ਇਹ ਸੁਪਨੇ ਜਿਹੜੇ ਦੇਖਣੇ ਤੁਸੀਂ ਛੱਡ ਦਿਓ, ਇੱਦਾਂ ਕੁਝ ਨਹੀਂ ਹੈਗਾ ਇਹਨਾਂ ਕੰਟਰੀਆਂ ਦੇ ਵਿੱਚ। ਸਾਨੂੰ ਵੀ ਇੱਥੇ ਰਹਿੰਦਿਆਂ ਨੂੰ 5-6 ਸਾਲ ਹੋ ਗਿਆ ਇਹਨਾਂ ਕੰਟਰੀਆਂ ਦੇ ਵਿੱਚ, ਅਤੇ ਅਸੀਂ ਵੀ ਯੂਰਪ ਦੇ ਵਿੱਚ ਹੀ ਰਹਿ ਰਹੇ ਹਾਂ, ਅਤੇ ਇੱਦਾਂ ਕੁਝ ਨਹੀਂ ਹੈਗਾ। ਜੇ ਤੁਸੀਂ ਕੰਮ ਕਰੋਗੇ ਤੁਹਾਡੇ ਪੈਸੇ ਬਣਦੇ ਨੇ, ਨਹੀਂ ਤਾਂ ਤੁਹਾਨੂੰ ਇੱਦਾਂ ਦੇ ਕੰਮ ਬਹੁਤ ਘੱਟ ਲੱਭਣਗੇ ਕਿ ਤੁਸੀਂ ਫੂਡ ਪੈਕਿੰਗ ਕਰਕੇ ਅਤੇ ਆਪਣੇ ਜਿਹੜੇ ਲੱਖਾਂ ਰੁਪਇਆ ਕਮਾ ਸਕਦੇ ਹਾਂ। ਅਤੇ ਹਾਂਜੀ ਜੇ ਤੁਹਾਡੇ ਕੋਲ ਕੋਈ ਕੰਮ ਕਾਰ ਨਹੀਂ ਹੈਗਾ, ਤੁਸੀਂ ਤੁਹਾਨੂੰ ਕੰਮ ਨਹੀਂ ਆਉਂਦਾ, ਤੁਹਾਨੂੰ ਨੌਲੇਜ ਨਹੀਂ ਹੈਗੀ, ਅਤੇ ਤੁਸੀਂ ਇਹਨਾਂ ਕੰਟਰੀ ਦੇ ਵਿੱਚ ਤੁਸੀਂ ਪੈਸੇ ਨਾ ਖਰਾਬ ਕਰੋ, ਤੁਹਾਨੂੰ ਇਹੀ ਰਿਕੁਐਸਟ ਆ ਕਿ ਤੁਸੀਂ ਇੱਥੇ ਆ ਕੇ ਆਪਣਾ ਖਰਚਾ ਵੀ ਮਹਾ ਅਫੋਰਡ ਕਰ ਸਕਦੇ ਹਾਂ, ਕਿਉਂਕਿ ਇਹ ਕੰਟਰੀ ਜਿੱਥੇ ਹਾਈਐਸਟ ਸੈਲਰੀ ਦਿੰਦੀ ਆ, ਅਤੇ ਉੱਥੇ ਹੀ ਗੱਲ ਕਰੀਏ ਅਤੇ ਇੱਥੇ ਦੇ ਰੈਂਟ ਹੈ ਉਹ ਵੀ ਜਿਹੜੇ ਤੁਹਾਨੂੰ ਪਤਾ ਕਿ ਮਹਿੰਗੇ, ਓਬਵੀਅਸਲੀ ਗੱਲ ਆ ਕਿ ਹੋਣਗੇ ਹੋਣਗੇ, ਅਤੇ ਇੱਥੇ 1000 ਯੂਰੋ ਤੱਕ ਜਿਹੜਾ ਰੈਂਟ ਰੂਮ ਦਾ ਆ ਜਾਂਦਾ ਆ। ਅਤੇ ਤੁਸੀਂ ਉਸ ਹਿਸਾਬ ਨਾਲ ਸੋਚ ਕੇ ਚਲੋ ਕਿ ਤੁਹਾਡੀ ਇਹ ਮੰਨ ਲਓ 3000 ਵੀ ਸੈਲਰੀ ਮਿਲਦੀ ਤੁਹਾਨੂੰ, ਅਤੇ ਉਹਦੇ ਵਿੱਚ ਤੁਹਾਡਾ 3000 ਬਚਣਾ ਨਹੀਂ ਹੈਗਾ, ਅਤੇ ਉਹ ਤੁਹਾਡਾ ਰੈਂਟ ਵੀ ਜਾਊਗਾ, ਤੁਹਾਡਾ ਖਰਚਾ ਵੀ ਜਾਊਗਾ। ਹਾਲਾਂਕਿ ਇੱਥੇ ਸਰਕਾਰ ਨੇ ਸਹੂਲਤ ਦਿੱਤੀ ਆ ਕਿ ਤੁਹਾਨੂੰ ਜਿਹੜਾ ਪਬਲਿਕ ਟਰਾਂਸਪੋਰਟ ਜਿਹੜਾ ਤੁਹਾਡਾ ਫ੍ਰੀ ਆ, ਸਾਰਾ ਤੁਸੀਂ ਘੁੰਮ ਸਕਦੇ ਆ ਜਿੱਥੇ ਮਰਜ਼ੀ ਤੁਸੀਂ ਜਾਣਾ ਹੈ, ਅਤੇ ਉਹਦੇ ਤੁਹਾਨੂੰ ਟਿਕਟ ਦੇ ਪੈਸੇ ਕੋਈ ਵੀ ਪਾਸ ਤੁਹਾਨੂੰ ਨਹੀਂ ਭਰਾਉਣਾ ਪਊਗਾ, ਤੁਸੀਂ ਫ੍ਰੀ ਟਰੈਵਲ ਕਰ ਸਕਦੇ ਆ। ਅਤੇ ਬਾਕੀ ਤੁਹਾਨੂੰ ਪਤਾ ਕਿ ਹੋਰ ਕਾਫੀ ਖਰਚੇ ਆ ਜਾਂਦੇ ਇੱਥੇ, ਤੁਸੀਂ ਜਿਹੜੇ ਗਰੋਸਰੀ ਵੀ ਲੈਣੀ ਆ, ਤੁਸੀਂ ਕੋਈ ਹੋਰ ਆਪਣਾ ਤੁਹਾਡਾ ਕੋਈ ਪਰਸਨਲ ਖਰਚਾ ਆ, ਅਤੇ ਤੁਹਾਡੇ ਇੱਦਾਂ ਕਰਦੇ ਕਰਦੇ ਖਰਚੇ ਕਾਫੀ ਆ ਜਾਂਦੇ ਨੇ, ਅਤੇ ਇਸ ਕਰਕੇ ਤੁਹਾਨੂੰ ਇਹ ਕੰਟਰੀ ਮਹਿੰਗੀ ਆ। ਕਈ ਮੈਂ ਵੀਡੀਓ ਵੇਖੀਆਂ ਜਿਹਦੇ ਕਈ ਕਹਿੰਦੇ 5-6 ਲੱਖ ਇੱਥੇ ਆਰਾਮ ਨਾਲ ਬਣਾ ਸਕਦੇ ਤੁਸੀਂ, ਇੱਦਾਂ ਨਹੀਂ ਹੈ ਕੁਝ ਵੀ। ਜੇ ਤੁਹਾਡੇ ਹਾਈ ਸਕਿੱਲ ਤੁਸੀਂ ਕੰਮ ਜਾਣਦੇ ਆ ਤਾਂ ਤੁਹਾਡੀ ਸੈਲਰੀ ਇੱਥੇ ਲੱਗੂਗੀ, ਜੇ ਤੁਸੀਂ ਕੰਮ ਨਹੀਂ ਸਿੱਖਿਆ
ਜਾਂਦੇ ਜਾਂ ਕੁਛ ਇੱਦਾਂ ਹੀ ਆ ਰਹੇ ਹਾਂ, ਮਤਲਬ ਵੀਡੀਓ ਦੇਖ ਕੇ ਆ ਰਹੇ ਹਾਂ ਕਿਸੇ ਦੀਆਂ, ਤੇ ਤੁਸੀਂ ਇੱਥੇ ਆ ਕੇ ਬਹੁਤ ਔਖੇ ਹੋਵੋਗੇ, ਤੁਹਾਨੂੰ ਇਹ ਗਰਾਊਂਡ ਰਿਐਲਿਟੀ ਦੱਸ ਰਹੇ ਹਾਂ, ਇਹਦਾ ਕੁਛ ਨਾ ਕਰੋ। ਤੇ ਹਾਂਜੀ, ਬਾਕੀ ਕਈ ਭਰਾਵਾਂ ਦੇ ਇਹ ਸਵਾਲ ਹੁੰਦੇ ਆ ਕਿ ਸਾਡੇ ਸ਼ੈਨਿੰਗਨ ਵੀਜ਼ਾ ਸਾਡਾ ਨਹੀਂ ਲੱਗ ਰਿਹਾ, ਸਾਡਾ ਰਿਫਿਊਜ਼ਲ ਹੋ ਗਿਆ ਤੇ ਅਸੀਂ ਡੌਂਕੀ ਲਾ ਕੇ ਆ ਰਹੇ ਹਾਂ। ਤੇ ਡੌਂਕੀ ਲਾ ਕੇ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਕਿ ਤੁਸੀਂ ਨਾ ਆਓ, ਕਿਉਂਕਿ ਕਾਫੀ ਮੁੰਡੇ ਆ ਇੱਥੇ ਕਿ ਪਹੁੰਚਦੇ ਵੀ ਹੈ ਨਹੀਂ, ਜਾਣ ਤੋਂ ਵੱਧ ਕੇ ਕੁਛ ਨਹੀਂ ਹੈਗਾ। ਕਈ ਇੱਦਾਂ ਦੀ ਵੀ ਖਬਰਾਂ ਸੁਣੀਦੀਆਂ ਨੇ ਕਿ ਇਕੱਲਾ ਇਕੱਲਾ ਮੁੰਡਾ ਹੁੰਦਾ ਆ ਘਰ ਦਾ, ਇਕੱਲਾ ਇਕੱਲਾ ਪੁੱਤ ਹੁੰਦਾ ਆ ਤੇ ਉਹ ਰਸਤੇ ਦੇ ਵਿੱਚ ਹੀ ਨਹੀਂ ਲੱਭਦਾ। ਤੇ ਇਹ ਬੜੇ ਅਫਸੋਸ ਦੀ ਗੱਲ ਆ ਕਿ ਸਾਡੀ ਕਮਿਊਨਿਟੀ ਬਾਹਰ ਤਾਂ ਆਉਣਾ ਚਾਹੁੰਦੀ ਹੈ ਪਰ ਦੋ ਨੰਬਰ ਦੇ ਵਿੱਚ ਨਾ ਆਓ, ਤੁਸੀਂ ਜੇ ਆਉਣਾ ਹੈ ਲੀਗਲੀ ਆਓ, ਇੱਕ ਨੰਬਰ ਦੇ ਵਿੱਚ ਆਓ ਤਾਂ ਕਿ ਜਿਹੜਾ ਤੁਹਾਡਾ ਕੋਈ ਜਾਨ ਦਾ ਖਤਰਾ ਵੀ ਨਾ ਹੋਵੇ ਤੇ ਤੁਹਾਡੇ ਜਿਹੜੇ ਪਰਿਵਾਰ ਵੀ ਪਿੱਛੇ ਟੈਨਸ਼ਨ ਫ੍ਰੀ ਰਹੇ। ਤੇ ਇਸ ਕਰਕੇ ਇਹ ਹੈ ਕਿ ਤੁਸੀਂ ਆਪਣੀ ਜਾਨ ਦਾ ਰਿਸਕ ਨਾ ਲਵੋ, ਤੇ ਜੇ ਤੁਸੀਂ ਆਉਣਾ ਆ ਤਾਂ ਲੀਗਲੀ ਆਓ, ਵਰਕ ਕੰਟਰੈਕਟਰ 'ਤੇ ਆਓ, ਸ਼ੈਨਿੰਗਨ ਵੀਜ਼ਾ ਅਪਲਾਈ ਕਰਕੇ ਆਓ, ਟੂਰਿਸਟ ਵੀਜ਼ਾ ਅਪਲਾਈ ਕਰਕੇ ਆਓ ਅਤੇ ਉਹ ਤੁਹਾਡਾ ਐਕਸਟੈਂਡ ਹੋ ਜਾਂਦਾ ਇੱਥੇ ਵਰਕ ਵੀਜ਼ੇ ਵਿੱਚ। ਜਿੱਦਾਂ ਟੂਰਿਸਟ ਵੀਜ਼ਾ ਲਵਾ ਕੇ ਕਈ ਪੁਰਤਗਾਲ ਆਏ ਨੇ, ਉੱਥੇ ਬਹਿ ਕੇ ਉਹਨਾਂ ਨੇ ਫਿਰ ਬਾਅਦ ਵਿੱਚ ਪੇਪਰ ਐਂਟਰ ਕਰਵਾਏ ਅਤੇ ਉਸ ਤੋਂ ਬਾਅਦ ਉਹਨਾਂ ਨੇ ਕੰਮ ਲੱਭਿਆ, ਕੰਟਰੈਕਟ 'ਤੇ ਕੰਮ ਕੀਤਾ ਅਤੇ ਬਾਅਦ ਵਿੱਚ ਪੇਪਰ ਵੀ ਬਣੇ ਨੇ। ਅਤੇ ਇੱਦਾਂ ਤੁਸੀਂ ਇੱਕ ਨੰਬਰ ਦੇ ਵਿੱਚ ਆਓ, ਦੋ ਨੰਬਰ ਦੇ ਵਿੱਚ ਆਪਣੀ ਜਾਨ ਦਾ ਰਿਸਕ ਨਾ ਪਾਓ। ਅਤੇ ਇਸ ਕਰਕੇ ਇਹ ਆ ਕਿ ਤੁਹਾਡੀ ਜਾਨ ਵੀ ਜਾਂਦੀ ਹੈ, ਤੁਹਾਡੇ ਪੈਸੇ ਵੀ ਜਾਂਦੇ ਨੇ। ਅਤੇ ਹਮੇਸ਼ਾ ਇਹੀ ਗੱਲ ਸੋਚ ਕੇ ਰੱਖੋ ਕਿ ਤੁਸੀਂ ਹੀ ਹੋ, ਤੁਹਾਡੇ ਵਰਗਾ ਕੋਈ ਹੋਰ ਨਹੀਂ ਹੈਗਾ, ਅਤੇ ਆਪਣੇ ਘਰਦੇ ਵਾਲੇ ਤੁਸੀਂ ਇਕੱਲੇ ਇਕੱਲੇ ਜੀਓ। ਮੰਨਿਆ ਕਿ ਹਾਂ ਜੀ ਘਰ ਦੀ ਗਰੀਬੀ ਚੱਕਣੀ ਆ, ਪੈਸਾ ਕਮਾਉਣਾ ਆ, ਤੁਸੀਂ ਤੁਹਾਡੇ ਸੁਪਨੇ ਤੁਸੀਂ ਪੂਰੇ ਕਰਨੇ ਆ, ਇਹਨਾਂ ਕੰਟਰੀਆਂ ਵਿੱਚ ਹੁੰਦੇ ਵੀ ਆ, ਪਰ ਇਹ ਆ ਕਿ ਜੇ ਜਾਨ ਆ ਤਾਂ ਜਹਾਨ ਆ, ਇਹ ਤੁਸੀਂ ਆਪਣੀ ਜਾਨ ਦੀ ਕੀਮਤ ਨਾ ਲਾ ਕੇ ਇਹਨਾਂ ਕੰਟਰੀ ਦੇ ਵਿੱਚ ਆਓ, ਅਤੇ ਇੱਕ ਨੰਬਰ ਦੇ ਵਿੱਚ ਆਓ। ਕਾਫੀ ਮੂਵੀਜ਼ ਵੀ ਇਹਦੇ ਬਾਰੇ ਬਣੀਆਂ ਨੇ, ਉਹ ਰਿਐਲਿਟੀ 'ਤੇ ਹੀ ਬਣੀਆਂ ਨੇ, ਜਿੱਦਾਂ ਡੋਂਕੀ ਤੁਹਾਨੂੰ ਪਤਾ ਦੇਖੀ ਆ ਮੂਵੀ ਆ ਮੈਂ ਜਿਹੜੀ ਐਮੀ ਵਿਰਕ ਦੀ ਵੀ। ਹਾਂਜੀ, ਉੱਥੇ ਤੁਹਾਨੂੰ ਦੱਸਦੀ ਹੈ ਇਹ ਕੰਟਰੀ ਵਿੱਚ ਇਹਦੇ ਫਾਇਦੇ ਵੀ ਦੱਸਦੀ ਹੈ। ਇਹ ਕੰਟਰੀ ਜਿਹੜੀ ਦੁਨੀਆ ਦੀ ਪਹਿਲੀ ਕੰਟਰੀ ਆ ਕਿ ਜਿੱਥੇ ਟਰੈਵਲ ਜਿਹੜਾ ਟਰਾਂਸਪੋਰਟ ਫ੍ਰੀ ਆ, ਤੁਸੀਂ ਬੱਸ ਜਾਂ ਟ੍ਰੇਨ ਜਾਂ ਟਰਾਂਸਪੋਰਟ ਤੁਸੀਂ ਹੋਰ ਵੀ ਕੋਈ ਯੂਜ਼ ਕਰਨਾ, ਤੁਸੀਂ ਫ੍ਰੀ ਆਫ ਕੋਸਟ ਇੱਥੇ ਟਰੈਵਲ ਕਰ ਸਕਦੇ ਆ। ਕਿਤੇ ਵੀ ਜਾਣਾ ਤੁਸੀਂ, ਕਿਤੇ ਵੀ ਜਾਣਾ ਤੁਹਾਨੂੰ ਪੇ ਕਰਨ ਦੀ ਲੋੜ ਨਹੀਂ ਹੈਗੀ, ਤੁਹਾਨੂੰ ਕੋਈ ਵੀ ਟਰੈਵਲ ਪਾਸ ਜਾਂ ਟਿਕਟ ਭਰਨ ਦੀ ਲੋੜ ਨਹੀਂ, ਤੁਸੀਂ ਟਰਾਂਸਪੋਰਟ ਜਿਹੜਾ ਇਹਨਾਂ ਦਾ ਯੂਜ਼ ਕਰਕੇ ਕਿਤੋਂ ਕਿਤੇ ਵੀ ਜਾ ਸਕਦੇ ਆ। ਇਹ ਪੂਰੇ ਲਗਜ਼ਮਬਰਗ ਕੰਟਰੀ ਦੇ ਵਿੱਚ ਫ੍ਰੀ ਆਫ ਕੋਸਟ। ਹਾਂਜੀ, ਤੁਹਾਨੂੰ ਦੱਸ ਦਈਏ ਕਿ 29 ਫਰਵਰੀ 2020 ਤੋਂ ਇਹਨਾਂ ਨੇ ਇਹ ਲਾਗੂ ਕੀਤਾ ਕਿ ਜਿਹੜਾ ਟਰਾਂਸਪੋਰਟ ਜਿਹੜਾ ਸਾਰੀ ਕੰਟਰੀ ਦੇ ਵਿੱਚ ਫ੍ਰੀ ਆ, ਅਤੇ ਇਹ ਵਰਲਡ ਦੀ ਪਹਿਲੀ ਕੰਟਰੀ ਹੈ ਜਿਨ੍ਹਾਂ ਨੇ ਟਰਾਂਸਪੋਰਟ ਫ੍ਰੀ ਕੀਤਾ। ਹਾਂਜੀ, ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਵਰਲਡ ਦੀ ਪਹਿਲੀ ਰਿਚੈਸਟ ਕੰਟਰੀ ਆ ਕਿ ਜਿਹੜੀ GDP ਸਭ ਨਾਲੋਂ ਹਾਈ ਆ। ਹਾਂਜੀ, ਹੁਣ ਗੱਲ ਕਰਦੇ ਹਾਂ ਇੱਥੇ ਰੈਂਟ ਦੀ, ਅਤੇ ਤੁਹਾਨੂੰ ਦੱਸ ਦਈਏ ਕਿ ਇੱਥੇ ਰੈਂਟ ਦਾ ਖਰਚਾ ਤੁਹਾਡਾ 1000 ਤੋਂ ਉੱਪਰ ਹੀ ਆਊਗਾ ਜੇ ਤੁਸੀਂ ਲਗਜ਼ਮਬਰਗ ਸਿਟੀ ਦੇ ਵਿੱਚ ਉੱਥੇ ਟਰੈਵਲ ਜਿਹੜੀਆਂ ਮੇਨ ਸਿਟੀਆਂ ਅੰਡਰ ਉੱਥੇ ਸਟੇਟ ਦੇ ਵਿੱਚ ਤੁਸੀਂ ਰਹਿ ਰਹੇ ਹੋ, ਅਤੇ ਉੱਥੇ ਤੁਹਾਡਾ ਜਿਹੜਾ ਖਰਚਾ 1000 ਯੂਰੋ ਤੋਂ ਉੱਤੇ ਜਿਹੜਾ ਜਾ ਸਕਦਾ ਰੂਮ ਦਾ, ਜਿਹੜਾ ਤੁਸੀਂ ਦੂਰ ਸਿਟੀ ਦੇ ਵਿੱਚ ਜਾਂਦੇ ਹੋ ਤਾਂ ਉਹ ਤੁਹਾਡਾ ਖਰਚਾ ਘੱਟ ਸਕਦਾ ਆ, ਜਿਹੜਾ ਮੇਨ ਸਿਟੀ ਦੇ ਵਿੱਚ ਤਾਂ ਉਹ ਤੁਹਾਡਾ ਖਰਚਾ 1000 ਯੂਰੋ ਲੱਗ ਸਕੇ ਆ ਜਾਊਗਾ ਰਹਿਣ ਦਾ। ਬਾਕੀ ਜਿਹੜਾ ਹੋਰ ਖਾਣ ਦਾ ਗਰੋਸਰੀ ਦਾ ਤੁਹਾਡਾ ਖਰਚਾ ਵਧਣਾ ਹੀ ਆ। ਉਸ ਹਿਸਾਬ ਨਾਲ ਤੁਸੀਂ ਸੋਚ ਕੇ ਆਓ ਕਿ ਤੁਹਾਡੇ ਲਈ ਕੰਟਰੀ ਇਹ ਵਧੀਆ ਜਾਂ ਨਹੀਂ। ਹਾਂਜੀ, ਤੁਹਾਨੂੰ ਸਭ ਤੋਂ ਮੇਨ ਪ੍ਰੋਬਲਮ ਆਊਗੀ ਇੱਥੇ ਲੈਂਗੁਏਜ ਦੀ, ਅਤੇ ਕੰਮ ਲੱਭਣ ਦੀ ਵੀ ਤੁਹਾਨੂੰ ਮੁਸ਼ਕਲ ਆਉਣੀ ਹੈ, ਅਤੇ ਨਾਲ ਦੀ ਨਾਲ ਤੁਹਾਨੂੰ ਜੇ ਕੰਮ ਲੱਭ ਵੀ ਜਾਂਦਾ ਤੁਹਾਨੂੰ ਕੰਮ ਦੇ ਨਾਲ ਨਾਲ ਆਊਗੀ ਪ੍ਰੋਬਲਮ ਲੈਂਗੁਏਜ ਦੀ। ਹਾਂਜੀ, ਤੁਹਾਨੂੰ ਦੱਸ ਦਈਏ ਕਿ 3 ਲੈਂਗੁਏਜ ਇੱਥੇ ਮੋਸਟ ਜਿਹੜੀਆਂ ਬੋਲੀਆਂ ਜਾਂਦੀਆਂ, ਜਿਹਨਾਂ ਵਿੱਚੋਂ ਪਹਿਲੀ ਹੈਗੀ ਲਗਜ਼ਮਬਰਗਿਸ਼, ਅਤੇ ਦੂਜੀ ਹੈਗੀ ਫਰੈਂਚ, ਅਤੇ ਤੀਜੀ ਹੈਗੀ ਆ ਜਰਮਨ। ਅਤੇ ਇੰਗਲਿਸ਼ ਬਹੁਤ ਰੇਅਰ ਬੋਲੀ ਜਾਂਦੀ ਹੈ, ਇਸ ਕਰਕੇ ਤੁਹਾਨੂੰ ਲੈਂਗੁਏਜ ਦੀ ਜਿਹੜੀ ਮੋਸਟ ਪ੍ਰੋਬਲਮ ਆਊਗੀ। ਅਤੇ ਤੁਸੀਂ ਕੰਮ ਦੇ ਨਾਲ ਤੁਸੀਂ ਲੈਂਗੁਏਜ ਵੱਲ ਵੀ ਧਿਆਨ ਦਿਓ, ਜੇ ਤੁਸੀਂ ਆਉਣ ਦਾ ਸੋਚਿਆ ਕਿ ਇੱਥੇ ਤੁਸੀਂ ਆਉਣਾ ਹੀ ਆ, ਅਤੇ ਤੁਸੀਂ ਕੰਮ ਵੱਲ ਜ਼ਰੂਰ ਧਿਆਨ ਦਿਓ ਅਤੇ ਨਾਲ ਲੈਂਗੁਏਜ ਦਾ ਵੀ ਧਿਆਨ ਦਿਓ। ਹਾਂਜੀ, ਤੁਹਾਨੂੰ ਦੱਸ ਦਈਏ ਕਿ ਤੁਹਾਡਾ ਜਿਹੜਾ ਫਰੈਂਡ ਆ ਜਾਂ ਕੋਈ ਨਾਉਣ ਆ ਤੁਹਾਡਾ ਕੋਈ ਇੱਥੇ ਲਗਜ਼ਮਬਰਗ ਦੇ ਵਿੱਚ ਰਹਿ ਰਿਹਾ, ਅਤੇ ਤੁਸੀਂ ਉਹਨਾਂ ਨਾਲ ਲਿੰਕ ਬਣਾਓ ਆਪਣੇ, ਅਤੇ ਉਹਨਾਂ ਤੋਂ ਨੌਲੇਜ ਲਓ, ਕਿਉਂਕਿ ਜਿਹੜਾ ਉੱਥੇ ਰਹਿ ਰਿਹਾ ਬੰਦਾ ਕੰਮ ਕਰ ਰਿਹਾ ਉਹ ਤੋਂ ਤੁਹਾਨੂੰ ਜ਼ਿਆਦਾ ਨੌਲੇਜ ਮਿਲੂਗੀ। ਇਸ ਕਰਕੇ ਤੁਹਾਨੂੰ ਇਹ ਸਲਾਹ ਦਿੰਦੇ ਹਾਂ ਕਿ ਤੁਸੀਂ ਉਹਨਾਂ ਨਾਲ ਪਹਿਲਾਂ ਟਾਈਪ ਕਰੋ, ਅਤੇ ਐਵੇਂ ਤੁਸੀਂ ਨੈਟ ਦੇ ਉੱਤੇ ਵੀਡੀਓ ਦੇਖ ਕੇ ਕਿ ਹਾਂਜੀ 1,00,000 ਬਣਦੇ ਇੱਥੇ 9 ਮਹੀਨੇ ਦੇ ਬਣਦੇ ਆ, ਅਤੇ ਇਹ ਦੇਖ ਕੇ ਤੁਸੀਂ ਅਪਲਾਈ ਨਾ ਕਰ ਦਿਓ, ਤੁਹਾਡੇ ਨਾਲ ਇਹਦੇ ਪੈਸੇ ਵੀ ਖਰਾਬ ਹੁੰਦੇ ਆ, ਤੁਹਾਡਾ ਟਾਈਮ ਵੀ ਖਰਾਬ ਹੁੰਦਾ, ਅਤੇ ਤੁਸੀਂ ਗਿਲਟੀ ਵੀ ਫੀਲ ਕਰੋਗੇ ਬਾਅਦ ਵਿੱਚ, ਪਛਤਾਓਗੇ ਕਿ ਹਾਂਜੀ ਤੁਸੀਂ ਗਲਤ ਡਿਸੀਜਨ ਲਿਆ। ਜੇ ਤੁਸੀਂ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਅਪਲਾਈ ਕਰਨ ਜਾ ਰਹੇ ਹਾਂ ਤਾਂ ਤੁਹਾਨੂੰ ਪਤਾ ਕਿ ਪੈਸੇ ਦੀ ਵੈਲਿਊ ਕੀ ਆ ਉੱਥੇ,
ਕਿੱਦਾਂ ਪੈਸਾ ਤੁਸੀਂ ਜੋੜਦੇ ਹਾਂ, ਕਰਜ਼ਾ ਚੱਕ ਕੇ ਕਦੇ ਇੱਧਰੋਂ ਮੰਗਦੇ ਹਾਂ ਕਦੇ ਉੱਧਰੋਂ ਮੰਗਦੇ ਹਾਂ, ਕਿਸੇ ਰਿਸ਼ਤੇਦਾਰ ਤੋਂ ਮਿੰਨਤਾਂ ਤਰਲੇ ਪਾ ਕੇ ਸਾਨੂੰ ਪੈਸੇ ਚਾਹੀਦੇ ਆ ਵੀ ਤੁਸੀਂ ਭਾਵੇਂ ਵਿਆਜ ਲੈ ਲਿਓ। ਅਤੇ ਕਾਫ਼ੀ ਜਾਣੇ ਤੁਹਾਨੂੰ ਪਤਾ ਕਿ ਵਿਆਜ 'ਤੇ ਪੈਸੇ ਚੱਕ ਕੇ ਆਉਂਦੇ ਆ, ਅਤੇ ਇਸ ਕਰਕੇ ਇਹ ਹੈ ਕਿ ਤੁਹਾਡਾ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਕੰਟਰੀ ਦੇ ਵਿੱਚ ਆਉਣ ਦਾ, ਜੇ ਤੁਹਾਡੇ ਕੋਲ ਕੋਈ ਸਕਿੱਲ ਨਹੀਂ ਹੈਗਾ, ਤੁਹਾਡੇ ਕੋਲ ਲੈਂਗੁਏਜ ਨਹੀਂ ਹੈਗੀ, ਤੁਹਾਡੇ ਕੋਲ ਗਾਂਹ ਕੋਈ ਕੰਮ ਨਹੀਂ ਹੈਗਾ, ਜੇ ਤੁਹਾਨੂੰ ਕੋਈ ਏਜੰਟ ਭੇਜ ਵੀ ਰਿਹਾ ਤਾਂ ਤੁਸੀਂ ਪਹਿਲਾਂ ਉਹਨਾਂ ਨਾਲ ਗੱਲ ਕਰੋ ਕਿ ਤੁਸੀਂ ਉੱਥੇ ਕੰਮ ਸਾਨੂੰ ਦਵਾਓਗੇ, ਤੁਸੀਂ ਲਿਖਤੀ ਰੂਪ ਦੇ ਵਿੱਚ ਲਓ ਉਹਨਾਂ ਕੋਲ ਕਿ ਉੱਥੇ ਜਾ ਕੇ ਵੀ ਤੁਸੀਂ ਜਿਹੜੀ ਸਾਡੀ ਜੇ ਮੰਨ ਲਓ ਸਾਲ ਦਾ ਵਰਕ ਕੰਟਰੈਕਟ ਹੈ ਤਾਂ ਤੁਸੀਂ ਸਾਲ ਇੱਕ ਉੱਥੇ ਕੰਮ ਕਰ ਸਕੋ। ਪਹਿਲਾਂ ਆਪਣੇ ਆਪ ਨੂੰ ਦੇਖੋ ਕਿ ਤੁਸੀਂ ਕੰਮ ਕਾਹਦਾ ਕਰਦੇ ਹੋ। ਮੰਨ ਲਓ ਤੁਸੀਂ ਲਗਜ਼ਮਬਰਗ ਆ ਵੀ ਜਾਂਦੇ ਹੋ, ਤੁਹਾਡੇ ਏਜੰਟ ਤੁਹਾਨੂੰ ਭੇਜ ਵੀ ਜਾਂਦੇ ਹਨ, ਤੁਸੀਂ ਇੱਥੇ ਕੀ ਕਰੋਗੇ ਜੇ ਤੁਹਾਡੇ ਕੋਈ ਕੰਮ ਹੀ ਨਹੀਂ ਆਉਂਦਾ? ਜੇ ਤੁਹਾਨੂੰ ਕੰਮ ਹੀ ਨਹੀਂ ਆਉਂਦਾ ਤੁਸੀਂ ਖਰਚਾ ਕਰਦਾ ਚੁੱਕੋਗੇ? ਨੋਰਮਲ ਜੀ ਗੱਲ ਆ। ਤੁਸੀਂ ਆਪਣੇ ਆਪ ਨੂੰ ਪਹਿਲਾਂ ਦੇਖੋ ਕਿ ਤੁਹਾਨੂੰ ਕਿਹੜਾ ਕੰਮ ਆਉਂਦਾ, ਤੁਸੀਂ ਤੁਹਾਡਾ ਏਜੰਟ ਜੇ ਅਪਲਾਈ ਵੀ ਕਰਨ ਜਾ ਰਿਹਾ, ਕਿਹੜੀ ਕੈਟਾਗਰੀ ਦੇ ਵਿੱਚ ਉਹ ਤੁਹਾਨੂੰ ਅਪਲਾਈ ਕਰਨ ਜਾ ਰਿਹਾ। ਇਸ ਕਰਕੇ ਆਪਣੇ ਪਹਿਲਾਂ ਵਰਕ ਨੂੰ ਆਪਣੇ ਆਪ ਨੂੰ ਪਛਾਣੋ, ਆਪਣੇ ਆਪ ਨੂੰ ਕੁਐਸਚਨ ਕਰੋ ਕਿ ਤੁਸੀਂ ਕਿਹੜਾ ਕੰਮ ਜਾਣਦੇ ਹੋ। ਜੇ ਤੁਹਾਡਾ ਏਜੰਟ ਕੋਈ ਅਪਲਾਈ ਕਰਨ ਨੂੰ ਦਿਆ ਹੈ ਤਾਂ ਕਿਹੜੀ ਕੈਟਾਗਰੀ ਦੇ ਵਿੱਚ ਅਪਲਾਈ ਕਰਨ ਦਿਆ? ਮੰਨ ਲਓ ਤੁਸੀਂ 65 ਦੇ ਕਾਰੀਗਰ ਆ, ਅਤੇ ਤੁਹਾਡਾ ਜਿਹੜਾ ਏਜੰਟ ਆ ਉਹ ਤੁਹਾਡੀ ਫਾਈਲ ਤਿਆਰ ਕਰਨ ਦਿਆ ਕਿ ਇਹ ਬੰਦਾ ਫੂਡ ਪੈਕਿੰਗ ਦਾ ਕੰਮ ਕਰਦਾ ਹੈ, ਤਾਂ ਤੁਹਾਨੂੰ ਉਸ ਦਿਨ ਓਬਵੀਅਸਲੀ ਗੱਲ ਆ ਕਿ ਇੱਥੇ ਆ ਕੇ ਪ੍ਰੋਬਲਮ ਆਊਗੀ। ਜੇ ਤੁਸੀਂ ਗੁਣ ਜਾਣਦੇ ਹਾਂ, 65 ਦਾ ਗੁਣ ਜਾਣਦੇ ਹਾਂ, ਤੁਸੀਂ ਉਹਦੇ ਵਿੱਚ ਹੀ ਅਪਲਾਈ ਕਰਵਾਓ, ਜਿਹਦੇ ਵਿੱਚ ਤੁਹਾਡਾ ਫਾਇਦਾ ਵੀ ਹੋਵੇ। ਇਸ ਕਰਕੇ ਇਹ ਹੈ ਕਿ ਤੁਸੀਂ ਆਪਣੇ ਕਿਸੇ ਨੌਨ ਨਾਲ ਗੱਲ ਕਰੋ, ਲਗਜ਼ਮਬਰਗ ਦੇ ਵਿੱਚ ਤੁਹਾਡੇ ਕੋਈ ਕੰਮ ਲਵਾ ਸਕਦਾ ਆ, ਤੁਹਾਡੇ ਲਈ ਫਾਇੰਡ ਕਰ ਸਕਦਾ ਕੰਮ ਰੈਸਟੋਰੈਂਟ ਦੇ ਵਿੱਚ, ਕਿਤੇ ਵੀ ਹੁੰਦੇ ਜਿਹੜਾ ਤੁਹਾਨੂੰ ਕੰਮ ਮਿਲ ਜਾਵੇ, ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਕੰਮ ਦੇ ਲੱਭਣ ਦੇ ਵਿੱਚ। ਅਤੇ ਹਾਂਜੀ, ਬਾਕੀ ਤੁਹਾਨੂੰ ਲਾਸਟ ਵਿੱਚ ਦੱਸ ਦਈਏ ਕਿ ਇੱਥੇ ਵੈਬਸਾਈਟ ਵੀ ਕਾਫੀ ਤੁਹਾਨੂੰ ਮਿਲ ਜਾਣਗੀਆਂ, ਗੂਗਲ 'ਤੇ ਵੀ ਜਿਹੜੀਆਂ ਆਨਲਾਈਨ ਤੁਹਾਨੂੰ ਜੋਬ ਅਪਲਾਈ ਕਰਾ ਦੇਣਗੀਆਂ, ਕਿ ਉਹਨਾਂ ਲਈ ਇੰਗਲਿਸ਼ ਜਿਹੜੀ ਰਿਕੁਆਇਰਡ ਹੋਊਗੀ। ਜੇ ਸੀ ਵੀ ਤੁਸੀਂ ਬਣਾਉਣ ਜਾ ਰਹੇ ਹੋ ਤਾਂ ਉਸ ਹਿਸਾਬ ਨਾਲ ਬਣਾਓ, ਜਿਹੜਾ ਤੁਹਾਡਾ ਐਕਸਪੀਰੀਅੰਸ ਆ, ਤੁਸੀਂ ਕੰਮ ਕਾਹਦੇ ਬਾਰੇ ਜਾਣਦੇ ਆ, ਅਤੇ ਉਹ ਜਿਹੜੀ ਤੁਹਾਡੀ ਮੈਚ ਕਰਦੀ ਹੋਵੇ ਜਿਹੜਾ ਤੁਸੀਂ ਕੰਮ ਅਪਲਾਈ ਕਰਨਾ, ਅਤੇ ਉਹਦੇ ਲਈ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਊਗੀ। ਅਤੇ ਉਮੀਦ ਕਰਦਾ ਤੁਹਾਡੇ ਸਾਰੇ ਡਾਊਟ ਇਸ ਵੀਡੀਓ ਵਿੱਚ ਕਲੀਅਰ ਹੋ ਗਏ ਹੋਣਗੇ। ਅਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਜੇ ਤੁਸੀਂ ਨਵੇਂ ਹੋ, ਅਤੇ ਆਪਣਾ ਖਿਆਲ ਰੱਖਿਓ ਅਤੇ ਸੋਚ ਸਮਝ ਕੇ ਜਿਹੜਾ ਅਪਲਾਈ ਕਰੋ ਇਹਨਾਂ ਕੰਟਰੀਆਂ ਵਿੱਚ, ਕਿਉਂਕਿ ਅਫਵਾਹਾਂ ਕਾਫੀ ਸੁਣਨ ਨੂੰ ਮਿਲ ਜਾਣਗੀਆਂ, ਜਿਹੜੀ ਤੁਹਾਨੂੰ ਅਸਲੀ ਖਬਰ ਆ ਉਹ ਬਹੁਤ ਘੱਟ ਮਿਲੂਗੀ। ਫੋਲੋ ਕਰ ਲਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ, ਅੱਗੇ ਤਾਂ ਵੀ ਇੱਦਾਂ ਦੀ ਵੀਡੀਓ ਅਸੀਂ ਪਾਉਂਦੇ ਰਹਾਂਗੇ। ਸਤਿ ਸ਼੍ਰੀ ਅਕਾਲ ਜੀ।